ਬਠਿੰਡਾ ਦੇ ਸੁਸ਼ਾਂਤ ਸਿਟੀ 2 ਦੇ ਲੋਕ ਆਪਣੇ ਆਪ ਨੂੰ ਕਰ ਰਹੇ ਹਨ ਅਨਸੇਫ ਮਹਿਸੂਸ। ਬੀਤੀ ਰਾਤ ਸ਼ਹਿਰ ਕਰ ਰਹੀ ਔਰਤ ਦੇ ਗਲੇ ਦੇ ਵਿੱਚੋਂ ਗਨ ਪੁਆਇੰਟ ਤੇ ਚੇਨ ਉਤਾਰ ਕੇ ਲੁਟੇਰੇ ਹੋਏ ਫਰਾਰ। ਦੱਸ ਦਈਏ ਕਿ ਬਠਿੰਡਾ ਦੇ ਮਾਨਸਾ ਰੋਡ ਤੇ ਸੁਸ਼ਾਂਤ ਸਿਟੀ 2 ਦੇ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜੋ ਪਲਾਟਾਂ ਦੇ ਰੇਟ ਹਨ ਉਹ ਅਸਮਾਨੀ ਛੂ ਰਹੇ ਹਨ, ਲੇਕਿਨ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਨਹੀਂ ਹੈ, ਕਿਸੇ ਵੀ ਤਰ੍ਹਾਂ ਦੇ ਕੋਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ, ਇਸੇ ਤਰ੍ਹਾਂ ਨਾ ਕੋਈ ਮੈਨੇਜਮੈਂਟ ਵੱਲੋਂ ਕੋਈ ਸਹੀ ਸਾਨੂੰ ਜਵਾਬ ਦਿੱਤਾ ਜਾ ਰਿਹਾ ਹੈ। ਉੱਧਰ ਸਿਕਿਉਰਿਟੀ ਗਾਰਡਾਂ ਵੱਲੋਂ ਉੱਥੋਂ ਪੇਜ ਫਾੜ ਦਿੱਤਾ ਗਿਆ, ਉਸਦਾ ਬੰਦੇ ਦਾ ਪ੍ਰੋਪਰ ਐਡਰੈਸ ਨਹੀਂ ਲਿਖਿਆ ਅਤੇ ਇਹਨਾਂ ਦੇ ਮੂੰਹ ਬੰਨੇ ਹੋਏ ਸਨ। ਉਹ ਅੰਦਰ ਕਿਸ ਤਰ੍ਹਾਂ ਆ ਗਏ, ਇਸ ਨੂੰ ਲੈ ਕੇ ਉਹਨਾਂ ਨੇ ਆਪਣੇ ਆਪ ਨੂੰ ਅਨਸੇਫ ਮਹਿਸੂਸ ਕੀਤਾ, ਕਿਉਂਕਿ ਰਾਤ ਗਨ ਪੁਆਇੰਟ ਦੇ ਉੱਤੇ ਇੱਕ ਔਰਤ ਜੋ ਸ਼ੇਅਰ ਕਰ ਰਹੀ ਸੀ ਆਪਣੇ ਪਤੀ ਦੇ ਨਾਲ, ਉਹਨਾਂ ਨੂੰ ਅਸਲਾ ਦਿਖਾ ਕੇ ਉਹਨਾਂ ਦੇ ਗਲ ਦੇ ਵਿੱਚੋਂ ਚੇਨ ਉਤਾਰ ਕੇ ਲੁਟੇਰੇ ਫਰਾਰ ਹੋ ਗਏ। ਲੇਕਿਨ ਉਸ ਤੋਂ ਬਾਅਦ ਥਾਣਾ ਸ਼ਦਰ ਦੇ SHO ਗੁਰਮੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਇਹਨਾਂ ਦੇ ਬਿਆਨ ਲਿਖਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਹੜਾ ਮੇਨ ਆਫਿਸ ਹੈ ਸੋਸਾਇਟੀ ਦਾ, ਉਹਦੀ ਪਾਰਕਿੰਗ ਦੇ ਸਾਹਮਣੇ ਅਸੀਂ ਸੈਰ ਕਰ ਰਹੇ ਸੀ। ਪਿੱਛੋਂ 2 ਜਣੇ ਬਾਈਕ 'ਤੇ ਆਉਂਦੇ ਆ ਅਤੇ ਬਾਈਕ ਤੋਂ ਉੱਤਰ ਕੇ ਉਹਨਾਂ ਨੇ ਪਹਿਲੇ ਮੇਰੇ ਹਸਬੈਂਡ ਵੱਲ ਜਿਹੜਾ ਹੈ ਉਹ ਪਿਸਟਲ ਜਿਹੜਾ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ। ਫਿਰ ਉਹ ਮੇਰੇ ਪਿੱਛੇ ਆਏ ਆ ਗਨ ਪੁਆਇੰਟ 'ਤੇ, ਉਹਨਾਂ ਨੇ ਜਿਹੜੀ ਚੇਨ ਹੈ ਉਹ ਸਨੈਚ ਕੀਤੀ ਹੈ। ਚੇਨ ਸਨੈਚ ਕਰਨ ਤੋਂ ਬਾਅਦ ਵੀ ਦੇਖੋ ਉਹਨਾਂ ਨੂੰ ਇਹ ਸੀ ਕਿ ਵੀ ਵਿਲ ਸ਼ੂਟ ਯੂ, ਅਤੇ ਅਸੀਂ ਉਹਨਾਂ ਦੇ ਹੱਥ ਜੋੜੇ ਕਿ ਪਲੀਜ਼ ਗੋਲੀ ਨਾ ਚਲਾਇਓ, ਗੋਲੀ ਨਾ ਚਲਾਇਓ। ਅਤੇ ਇੰਨੀ ਦੇਰ ਨੂੰ ਉਹ ਭੱਜ ਗਏ ਆ। ਫਿਰ ਮੈਂ ਭੱਜੀ ਸਿਕਿਉਰਿਟੀ ਗਾਰਡਸ ਕੋਲ ਨਹੀਂ, ਬਿਲਕੁਲ ਗੇਟ ਦੇ ਨਾਲ ਹੀ ਵਾਰਦਾਤ ਹੋਈ ਹੈ। ਮੈਂ ਸਿਕਿਉਰਿਟੀ ਗਾਰਡ ਨੂੰ ਰੋ ਰੋ ਕੇ ਚੀਖ ਚਿਲਾ ਕੇ ਬੋਲ ਰਹੀ ਹਾਂ ਕਿ ਪਲੀਜ਼ ਮੇਰੀ ਗੱਲ ਸੁਣੋ। ਉਹ ਕਹਿੰਦਾ ਵੀ ਮੈਡਮ ਸਾਡੀ ਵੀ ਤਾਂ ਕੋਈ ਸੋਸ਼ਲ ਲਾਈਫ ਹੈ, ਉਹਨੇ ਆਪਣਾ ਫੋਨ ਡਿਸਕਨੈਕਟ ਨਹੀਂ ਕੀਤਾ, ਉਹਨੇ ਮੇਰੀ ਗੱਲ ਨਹੀਂ ਸੁਣੀ। ਉਹ ਬੜੇ ਬੁਰੇ ਤਰੀਕੇ ਨਾਲ ਬੋਲਿਆ, ਅੱਗੋਂ ਰਿਪਲਾਈ ਕੀਤਾ ਉਹਨੇ। ਉਸ ਤੋਂ ਬਾਅਦ ਜਦੋਂ ਲੋਕ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਗਏ ਆ, ਨਾਲ ਦੀ ਨਾਲ ਜਿਹੜਾ ਮੇਨ ਹੈ ਸੰਦੀਪ ਠਕਰਾਲ, ਉਹਨੂੰ ਫੋਨ ਗਿਆ ਨਾਲ ਦੀ ਨਾਲ ਹੀ। ਬਟ ਉਹ ਫਿਰ ਵੀ 45 ਮਿੰਟ ਹੋ ਗਏ ਮੈਨੂੰ ਉੱਥੇ ਵੇਟ ਕਰਦੇ ਆ, ਸੋਸਾਇਟੀ ਅੱਧਿਓ ਜ਼ਿਆਦਾ ਗੇਟ 'ਤੇ ਇਕੱਠੀ ਹੋ ਗਈ ਆ, ਉਹ ਨਹੀਂ ਆਏ। ਇਹ ਜਿਹੜੇ ਦੋਨੋਂ ਬਾਈਕ ਵਾਲੇ ਸੀ ਇਹ ਪਿਛਲੇ ਗੇਟ ਤੋਂ ਐਂਟਰ ਹੋਏ। ਪਿਛਲੇ ਗੇਟ ਦੀ ਐਂਟਰੀ ਜਿਹੜੀ ਰਜਿਸਟਰ 'ਤੇ ਹੋਈ ਆ ਉੱਤੇ ਮੈਂ ਕੀ ਨੋਟ ਕੀਤਾ ਕਿ ਇਹਨਾਂ ਨੇ ਪਹਿਲੇ ਤਾਂ ਸਾਰੀ ਬਾਈਕਸ ਦੇ ਨੰਬਰ ਦੇ ਨਾਲ ਐਂਟਰੀ ਹੁੰਦੀ ਹੈ, ਪਰਸਨ ਦਾ ਨਾਮ ਹੁੰਦਾ, ਸਾਰਾ ਕੁਛ। ਬਟ ਜਿਹੜੀ ਮੇਰੇ ਵਾਲੀ ਐਂਟਰੀ ਸੀ, ਜਿਹੜੇ ਉਹ ਸ਼ੱਕੀ ਜੋ 2 ਜਣੇ ਸੀ ਉਸ ਐਂਟਰੀ 'ਚ ਫੋਨ ਨੰਬਰ ਨੋਟ ਕੀਤਾ, ਫੋਨ ਨੰਬਰ ਜਿਹੜਾ ਕਿ ਕਟਿੰਗ ਹੋਈ ਸੀ ਉਹਦੇ 'ਤੇ ਕਾਫੀ ਗਲਤ, ਰਜਿਸਟਰ ਦਾ ਪੇਜ ਵੀ ਨੀਚੋਂ ਫਾੜਿਆ ਗਿਆ। ਰਜਿਸਟਰ ਦਾ ਕੋਈ ਵੀ ਪੇਜ ਪਿੱਛੇ 100 ਪੇਜ ਘੱਟੋ ਘੱਟ ਭਰੇ ਆ, ਕੋਈ ਪੇਜ ਨਹੀਂ ਫਟਿਆ, ਉੱਥੇ ਪੇਜ ਵੀ ਫਟਿਆ ਹੋਇਆ ਸੀ। ਤੇ ਬਾਈਕ ਦਾ ਨੰਬਰ ਗਾਰਡ ਨੂੰ ਪਤਾ ਵੀ ਹੈ ਕਿ ਉੱਪਰ ਸਾਰੇ ਬਾਈਕ ਦੇ ਨੰਬਰ ਹੈ, ਉਹਨੇ ਬਾਈਕ ਦਾ ਨੰਬਰ ਨਹੀਂ ਨੋਟ ਕੀਤਾ। ਚਲੋ ਉਹਨੇ ਇਹ ਕਿਹਾ ਵੀ ਬਾਈਕ ਦਾ ਨੰਬਰ ਹੈ ਨਹੀਂ ਸੀ, ਨੰਬਰ ਪਲੇਟ ਨਹੀਂ ਸੀ, ਤੇ ਬਟ ਉਹਨੇ ਫੋਨ ਨੰਬਰ ਨੋਟ ਕੀਤਾ, ਉਹ ਵੀ ਗਲਤ ਸੀ। ਦੂਸਰੀ ਗੱਲ ਇਹ ਕਿ ਜਦੋਂ ਫੇਸ ਕਵਰ ਸੀ, ਬਾਈਕ ਦਾ ਨੰਬਰ ਨਹੀਂ ਸੀ, ਗਾਰਡ ਨੇ ਉਹਨੂੰ ਅੰਦਰ ਕਿੱਦਾਂ ਆਉਣ ਦਿੱਤਾ? ਜਦੋਂ ਅਸੀਂ ਗਾਰਡ ਨੂੰ ਇਹ ਗੱਲ ਪੁੱਛੀ, ਗਾਰਡ ਪਹਿਲਾਂ ਤੇ ਉੱਚੀ ਉੱਚੀ ਰੋਣਾ ਸ਼ੁਰੂ ਹੋ ਗਿਆ ਕਿ ਮੈਡਮ ਮੇਰੇ ਕੋ ਗਲਤੀ ਹੋ ਗਈ ਹੈ। ਫਿਰ ਜਦੋਂ 45-50 ਮਿੰਟ ਬਾਅਦ ਸੰਦੀਪ ਠਕਰਾਲ ਆਇਆ, ਅਸੀਂ ਦਫ਼ਤਰ 'ਚ ਗਏ ਹਾਂ। ਦਫ਼ਤਰ 'ਚ ਅਸੀਂ ਕਿਹਾ ਵੀ ਸਾਨੂੰ ਕੈਮਰੇ ਜਿਹੜੇ ਉਹ ਦਿਖਾਏ ਜਾਣ। ਕੈਮਰੇ 'ਚ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਕਾਰਡਿੰਗ ਨਹੀਂ ਹੈਗੀ। ਮੈਨੇਜਮੈਂਟ ਬਿਲਕੁਲ ਵੀ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਦੇਖੋ ਅੱਜ ਗਨ ਪੁਆਇੰਟ 'ਤੇ ਚੇਨ ਸਨੈਚ ਕਰਕੇ ਲੈ ਕੇ ਗਏ ਆ, ਕੱਲ੍ਹ ਨੂੰ ਸਾਡੇ ਬੱਚੇ ਵੀ ਗਨ ਪੁਆਇੰਟ 'ਤੇ ਚੁੱਕ ਕੇ ਲੈ ਕੇ ਜਾ ਸਕਦੇ ਆ। ਬਟ ਮੈਨੂੰ ਇਹ ਲੱਗ ਰਿਹਾ ਕਿ ਮੈਨੇਜਮੈਂਟ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਤੁਸੀਂ ਇਹ ਸੋਚੋ ਸੰਦੀਪ ਠਕਰਾਲ ਦੇ ਘਰ ਦੇ ਸਾਹਮਣੇ ਵਾਰਦਾਤ ਹੋਈ ਹੈ, ਤੇ ਉਹਨੂੰ ਆਉਣ 'ਚ ਘਰੋਂ ਬਾਹਰ ਨਿਕਲਣ 'ਚ ਘਰ ਹੀ ਸੀ, ਨਾਲ ਦੀ ਨਾਲ ਉਹਨੂੰ ਫੋਨ ਗਿਆ। ਜੇ ਘਰੋਂ ਬਾਹਰ ਆਉਣ ਤੱਕ ਉਹਨੂੰ 1 ਘੰਟਾ ਲੱਗ ਜਾਂਦਾ ਹੈ, ਤੇ ਜੇ ਇੱਥੇ ਕਿਸੇ ਦਾ ਮਰਡਰ ਵੀ ਹੋ ਜਾਏ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿ ਸੋਸਾਇਟੀ 'ਚ ਕੀ ਹੋ ਰਿਹਾ। ਵੀ ਆਰ ਨੋਟ ਸੇਫ ਹੇਅਰ। ਪਲਾਟਸ ਦੇ ਤੁਸੀਂ ਰੇਟ ਦੇਖ ਲਓ, ਇੰਨੇ ਹਾਈਕ ਕਰ ਰਹੇ ਆ ਡੇ ਬਾਏ ਡੇ, ਸੋਸਾਇਟੀ ਦੇ ਇੰਨੇ ਜ਼ਿਆਦਾ ਖਰਚੇ ਸਾਡੇ ਕੋਲ ਲਏ ਜਾਂਦੇ ਆ ਦਿਨ ਬ ਦਿਨ ਕਿ ਇਹ ਵੀ ਕੋਸਟ ਹੈ, ਇਹ ਵੀ ਕੋਸਟ ਹੈ। ਬਟ ਤੁਸੀਂ ਦੇਖੋ ਕਿ ਇਹ ਸਾਰਾ ਦੇਅਰ ਇਜ਼ ਅ ਫਿਸ਼ਰੀ, ਮੀਨਸ ਦੇ ਆਲ ਆਰ ਇਨਵੋਲਵਡ ਇਨ ਦਿਸ ਥਿੰਗ। ਸਾਰੇ ਦੇ ਸਾਰੇ ਚੋਰ ਨੇ ਉੱਪਰੋਂ ਲੈ ਕੇ ਥੱਲੇ ਤੱਕ। ਗਾਰਡਸ ਨੂੰ ਪੁੱਛ ਲਓ, ਉਹਨਾਂ ਨੇ ਰਜਿਸਟਰ ਦਾ ਪੇਜ ਫਾੜਤਾ, ਐਂਟਰੀ ਸਹੀ ਨਹੀਂ ਕੀਤੀ। ਮੇਨ ਗੇਟ ਤੇ ਗਾਰਡ ਨੂੰ ਕਿਹਾ ਕਿ ਤੂੰ ਇਹਨੂੰ ਬੰਦ ਕਰ ਜਲਦੀ ਜਲਦੀ ਗੇਟ ਨੂੰ। ਉਹਨੇ ਕਿਹਾ ਮੈਡਮ ਮੇਰੀ ਸੋਸ਼ਲ ਲਾਈਫ ਵੀ ਹੈਗੀ ਹੈ, ਮੈਂ ਬਿਜ਼ੀ ਹਾਂ, ਮੇਰਾ ਫੋਨ ਆਇਆ ਹੈ। ਉਹਨੇ ਮੇਰੀ ਗੱਲ ਨਹੀਂ ਸੁਣੀ। ਠਕਰਾਲ 1 ਘੰਟੇ ਬਾਅਦ ਘਰੋਂ ਆਉਂਦਾ, ਤੇ ਤੁਸੀਂ ਸੋਚੋ ਕਿ ਕੌਣ ਡਾਊਟਫੁਲ ਹੈ ਕਿ ਇਹ ਸਾਰੇ ਨਹੀਂ ਮਿਲੇ ਹੋਏ? ਉਹਦੇ ਘਰ ਦੇ ਸਾਹਮਣੇ ਚੋਰੀ ਹੁੰਦੀ ਹੈ, ਸੋਸਾਇਟੀ 'ਚ ਕੈਮਰੇ ਵਰਕ ਨਹੀਂ ਕਰ ਰਹੇ ਜੀ, ਕੋਈ ਰਿਕਾਰਡਿੰਗ ਹੀ ਨਹੀਂ ਹੈਗੀ ਉਹਨਾਂ ਕੋਲ, ਤੇ ਫਿਰ ਸਾਡੇ ਕੋਲ ਕਿਹੜੇ ਚਾਰਜਿਸ ਲੈਂਦੇ ਨੇ? ਵੀ ਆਰ ਨੋਟ ਸੇਫ ਹੇਅਰ, ਪਲੀਜ਼ ਡੋਂਟ ਬਾਈ ਪਲਾਟਸ ਹੇਅਰ। ਸਾਰੇ 10 ਵਜੇ ਤੱਕ ਇੱਥੇ ਘੁੰਮਦੇ ਫਿਰਦੇ ਰਹਿੰਦੇ ਆ ਜੀ। ਕੋਈ ਇਹੋ ਜਿਹਾ ਕਹੀ ਨਹੀਂ ਸੀ ਦਿਮਾਗ 'ਚ, ਇੱਦਾਂ ਜਿਹੜੀ ਐਡੀ ਵੱਡੀ ਗੱਲ ਵਾਰਦਾਤ ਹੋ ਗਈ,
ਜਿਹੜੀ ਚੈਨੀ ਲੈ ਗਏ ਜਿਵੇਂ ਗੰਨ ਆਪਣਾ ਪਿਸਤੌਲ ਲੈ ਕੇ ਅੰਦਰ ਵੜਦਾ ਗਾ ਇੱਥੇ ਦਾ ਮਤਲਬ ਕੱਲ੍ਹ ਨੂੰ ਕੋਈ ਕਿਸੇ ਦਾ ਬੱਚੇ ਦਾ ਕੋਈ ਹੋ ਜਾਵੇ ਜਾਂ ਕੋਈ ਹੋਰ ਵੀ ਜਿਹੜੇ ਰਹਿੰਦੇ ਨੇਗੇ ਕੋਈ ਪਹਿਲਾਂ ਕਿੱਥੇ ਸੀਗਾ ਅਸੀਂ ਆਪਣੇ ਆਪ ਨੂੰ ਸੇਫ ਸਮਝਦੇ ਹੀ ਪਰ ਇਸ ਤੋਂ ਬਾਅਦ ਦੇ ਵਿੱਚ ਆ ਤਾਂ ਹੁਣ ਜਿਵੇਂ ਕੀ ਮੰਗ ਕੀ ਕਰਦੇ ਹੋ ਮੈਨੇਜਮੈਂਟ ਦਾ ਇਹ ਸਕਿਉਰਟੀ ਹੈ ਮੰਗ ਤਾਂ ਸਕਿਉਰਟੀ ਟਾਈਟ ਹੋਵੇ ਕਰਦੇ ਆ ਵੀ ਜਿਹੜੀ ਸਕਿਉਰਟੀ ਹੈ ਇਹਨਾਂ ਦੇ ਚੈਕਿੰਗ ਕਰਕੇ ਪੂਰੇ ਪ੍ਰੋਪਰ ਜਿਹੜੇ ਜਿਵੇਂ ਰਿਫਾਈਨਰੀ ਵਗੈਰਾ 'ਚ ਸਕਿਉਰਟੀ ਰੱਖੀ ਜਾਂਦੀ ਹੈਗੀ ਜਿਹੜੀ ਟ੍ਰੇਨਰ ਹੁੰਦੀ ਹੈਗੀ ਇਹਨਾਂ ਨੇ ਸੱਤ 8,000 ਰੁਪਏ ਤਾਂ ਰੱਖੇ ਹੋਏ ਨੇਗੇ ਜਿਹਨਾਂ ਨੂੰ ਕੋਈ ਮਤਲਬ ਸਕਿਉਰਟੀ ਪਾਰਟੀ ਬਾਰੇ ਜਾਣਕਾਰੀ ਨਹੀਂ ਜੀ ਮੈਨੂੰ ਵੀ ਇੱਥੇ ਕੀ ਅਪਾਇੰਟ ਕੀਤਾ ਹੋਇਆ ਗਾ ਕੁਲਦੀਪ ਸਿੰਘ ਦੀ ਮਿਸਿਜ ਸੀਗੀ ਉਸ ਤੋਂ ਕੋਈ ਦੋ ਮੋਟਰਸਾਈਕਲ ਸਵਾਰ ਚੈਨ ਸੋਨੇ ਦੀ ਚੈਨ ਉਹਦੀ ਗੱਡੀ 'ਚੋਂ ਪਿਸਤੌਲ ਦਿਖਾ ਕੇ ਤਾਰ ਕੇ ਭੱਜ ਗਏ ਜਿਸ ਸੰਬੰਧੀ ਅਸੀਂ ਮੌਕੇ 'ਤੇ ਆਏ ਹਾਂ ਕੁਲਦੀਪ ਸਿੰਘ ਦਾ ਬਿਆਨ ਲਿਖ ਕੇ ਕਾਰਵਾਈ ਕਰਦੇ ਹਾਂ ਉਹਦੇ ਬੰਦਿਆਂ ਦਾ ਪਤਾ ਲੱਗਿਆ ਨਹੀਂ ਹਜੇ ਤੱਕ CCTV ਫੁਟੇਜ ਦੇਖੀ ਹੈ ਕਲੋਨੀ ਦੇ ਗੇਟ 'ਤੇ ਜਿਹੜੇ CCTV ਫੁਟੇਜ ਲੱਗੇ ਸੀਗੇ ਉਹ ਪ੍ਰੋਪਰ ਉਹਨਾਂ ਦੀ ਰਿਕਾਰਡਿੰਗ ਹੈ ਨਹੀਂ ਗੀ ਅਸੀਂ ਇਹਨਾਂ ਨੂੰ ਚੈੱਕ ਕਰ ਚਾਰ ਮੁਲਾਜ਼ਮ ਇੱਥੇ ਜਿਹੜੇ ਗੇਟ 'ਤੇ ਸੀ ਕਹਿੰਦੇ ਫੁਟੇਜ ਵੀ ਹੈਗੀ ਹੈ ਚੈੱਕ ਵੀ ਬੰਦੇ ਕੀਤੇ ਆ ਦੋ ਬੰਦੇ ਆਏ ਸੀ ਮੋਟਰਸਾਈਕਲ 'ਤੇ ਆਏ ਆ ਪਰ ਦੋ ਬੰਦੇ ਆ ਜਾਣਾ ਚੈੱਕ ਕਰਨਾ ਫਿਰ ਵੀ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਵੀ ਇਹ ਕਿਸ ਨਿਗਹਿਲੀ ਇਹਨਾਂ ਦੀ ਕੋਈ ਨਿਗਹਿਲੀ ਪਾਈ ਹੈਗੀ ਹੈ ਜਾਂ ਨਹੀਂ ਪਾਈ ਗਈ ਉਹਦਾ ਬਿਆਨ ਲਿਖ ਰਹੇ ਹਾਂ ਅਸੀਂ ਇਹਨਾਂ ਦਾ ਬਿਆਨ ਲਿਖ ਲੋਕ ਕਹਿ ਰਹੇ ਮਿਲੀ ਭੁਗਤ ਹੋ ਸਕਦੀ ਹੈ ਮਿਲੀ ਭੁਗਤ ਹੋਊਗੀ ਤਾਂ ਇਹਨਾਂ ਦੇ ਵੀ ਵਿੱਚ ਕਾਰਵਾਈ ਹੋ ਜੂਗੀ ਜਿਹੜੀ ਚਾਰ ਬੰਦੇ ਮੌਕੇ 'ਤੇ ਹਾਂਜੀ ਹਾਂਜੀ ਬਿਲਕੁਲ